ले चलते हैं आपको पंजाब, जहां पंजाब के मानसा में सिविल अस्पताल में लापरवाही देखने को मिली। बता दें कि जिन कमरों के ताले लगे हुए हैं, क्या बंदे आ रहे थे करेंगे। मैं हजे ना ये ऑफिस खुला सी, बाहर अटेंडेंस स्टूडेंट आए हुए हैं नवे, उन्होंने मैं बाहर मीटिंग देनी सी, एक मैम ने मैंने बुला लिया। वो बाहर खड़े खड़े मैम का मैंने फोन आ गया, इस करके मैं मैम को चली गई। तो मैं कमरा इतने बैठे से सिस्टर, ਇਸ ਕਰਕੇ ਮੈਂ ਰੂਮ ਬੰਦ ਲੋਕ ਨਹੀਂ ਕਰਕੇ ਗਈ ਵੀ ਸਿਸਟਰ ਸਟਾਫ ਬੈਠਾ ਹੈ ਅਤੇ ਹੋਰ ਤਾਂ ਕੋਈ ਨਹੀਂ, ਮੈਂ ਤਾਂ ਆ ਗਈ ਹਾਂ। ਵੈਸੇ ਹੈਗਾ ਇੱਥੇ ਕੋਈ ਵੀ ਮਤਲਬ ਐਗਜ਼ਾਸਟ ਫੈਨ ਜਾਂ ਏਸੀ ਦੀ ਕੋਈ ਸਹੂਲਤਾਂ ਨਹੀਂ, ਜਾਂ ਟੂਟੀਆਂ ਵਗੈਰਾ ਦੀ ਕੋਈ ਮਤਲਬ ਹੈ ਨਹੀਂ ਵੀ ਰਾਤ ਨੂੰ ਵੀ ਦਿੱਕਤ ਆਉਂਦੀ ਹੈ, ਮੱਛਰ ਬਹੁਤ ਕੱਟਦਾ ਇੱਥੇ। ਮੰਗ ਇਹੀ ਕਰਦੇ ਹਾਂ ਵੀ ਕੋਈ ਸਹੂਲਤ ਹੋ ਜਾਏ ਜੀ ਮਰੀਜ਼ਾਂ ਵਾਸਤੇ, ਜਵਾਕ ਨਹੀਂ ਛੋਟੇ ਛੋਟੇ ਨਾਲ ਹੈਗਾ, ਮਰੀਜ਼ ਔਖੇ ਹੁੰਦੇ। ਇੱਕ ਪਾਸੇ ਡਾਕਟਰਾਂ ਦੇ ਕਮਰਿਆਂ 'ਚ ਬੰਦ, ਕਮਰਿਆਂ ਦੇ ਵਿੱਚ ਵੀ ਏਸੀ ਚੱਲ ਰਹੇ ਨੇ। ਉਹ ਦੇਖੋ ਜੀ, ਹੁਣ ਕੁਛ ਕਹਿ ਨਹੀਂ ਸਕਦੇ ਉਹਨਾਂ ਬਾਰੇ, ਉਹਨਾਂ ਨੂੰ ਚਾਹੀਦਾ ਹੈਗਾ ਵੀ ਇੱਥੇ ਜਿੱਥੇ ਮਰੀਜ਼ ਨੇ ਉੱਥੇ ਜ਼ਰੂਰੀ ਹੈ ਚੱਲਣੇ। ਇੱਥੇ ਗਰਮੀ ਬਹੁਤ ਹੈ, ਏਸੀ ਬੰਦ ਹੈ, ਸਫਾਈ ਦਾ ਵੀ ਨਹੀਂ ਧਿਆਨ ਰੱਖਿਆ ਜਾਂਦਾ ਜ਼ਿਆਦਾਤਰ, ਮੈਨੂੰ ਇਹ ਲੱਗਦਾ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਇੱਕ ਤਾਂ ਇੱਥੇ ਏਸੀ ਚਲਵਾ ਦੇਣ, ਅਤੇ ਇੱਕ ਸਟਾਫ ਦੀ ਕਮੀ ਵੀ ਲੱਗਦੀ ਪਈ ਹੈ ਮੈਨੂੰ, ਸਟਾਫ ਥੋੜ੍ਹੀ ਜਿਹੀ ਅਣਗਹਿਲੀ ਕਰਦਾ ਵਾ ਪੇਸ਼ੈਂਟਾਂ ਵਾਸਤੇ। ਸਫਾਈ ਦਾ ਵੀ ਨਹੀਂ ਕੋਈ ਖਾਸ ਪ੍ਰਬੰਧ ਜਾਂ ਤਾਂ ਮੈਨੂੰ ਲੱਗਦਾ ਨਹੀਂ ਪਿਆ ਗਾ। ਅਗਲੀ ਖਬਰ ਕਿ ਔਰ ਬੜਤੇ ਹੋਏ ਬਾਤ ਕਰਤੇ ਹੈ ਪੰਜਾਬ ਕੇ ਸਮਰਾਲਾ ਕੀ, ਜਹਾਂ ਪਿਛਲੇ ਦਿਨ ਪੇਸ਼ਵਾ ਜਿਹੜੀ ਦੁਰਲੱਭ ਨਗਰ ਦੀ ਰਹਿਣ ਵਾਲੀ ਸੀ, ਉਸ ਦੇ ਘਰ ਦੇ ਵਿੱਚ ਜਿਹੜੇ ਦੋ ਜਵਾਨ ਗਏ ਸੀ, ਜਿਨ੍ਹਾਂ ਦਾ ਨਾਮ ਸੀ ਇੰਦਰਜੀਤ ਅਤੇ ਦੂਜੇ ਦਾ ਨਾਮ ਸੀ ਕਰਤਾਰ ਸਿੰਘ, ਇਹ ਦੋਨੇ ਮਛੋੜੇ ਦੇ ਰਹਿਣ ਵਾਲੇ ਸੀ। ਇਹ ਕਹਿੰਦਾ ਤੀਜਾ ਸਾਥੀ ਜਿਹੜਾ ਬਾਹਰ ਵਿਆਜ ਕਰ ਰਿਹਾ ਸੀ ਉਹ ਅਮਨ ਨਾਂ ਦਾ ਸੀ, ਇਹ ਪਲੰਬਰ ਸਾਹਿਬ ਮੈਡਮ ਅਮਰੀਤ ਕੁੰਡਲ ਜੀ ਨੇ ਅਤੇ ਐਸ ਪੀ ਡੀ ਸਾਡੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਾਡੇ ਬੜਾ ਇਹਨੂੰ ਸੀਰੀਅਸ ਲੈਂਦੇ ਹੋਏ ਸਾਡੀਆਂ ਤਿੰਨ ਟੀਮਾਂ ਜਿਹੜੀਆਂ ਖੰਡਾਲੇ ਥਾਣੇ ਦੀਆਂ ਬਣਾਈਆਂ ਸੀ, ਅਸੀਂ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸੀ ਬੇਸ 'ਤੇ ਇਹਨਾਂ ਜਿਹੜੇ ਮੁਲਜ਼ਮਾਂ ਨੂੰ, ਦੋ ਮੁਲਜ਼ਮਾਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ, ਇੱਕ ਨੂੰ ਸਮਰਾਲੇ ਤੋਂ ਗ੍ਰਿਫਤਾਰ ਕੀਤਾ।